Why Media Group? The fastest growing media group in North America. ਹੁਣ ਜੇ ਜਿਨ੍ਹਾਂ ਕੰਟਰੀਜ਼ ਦੀ ਤੁਸੀਂ ਗੱਲ ਕਰ ਰਹੇ ਹੋ, ਵਾਸਟ ਮੈਜੋਰਟੀ ਆਫ ਕੰਟਰੀਜ਼ ਦੇ ਵਿੱਚ ਇਹੀ ਕੁਛ ਹੋਇਆ। ਫਿਰ ਚਾਹੇ ਉਹ ਅਸੀਂ ਗੱਲ ਕਰ ਲਈਏ ਪੈਲੇਸਟਾਈਨ ਦੇ ਵਿੱਚ ਜਾਂ ਵੈਸਟ ਬੈਂਕ ਦੀ ਗੱਲ ਕਰ ਲਈਏ, ਇਰਾਨ ਦੀ ਗੱਲ ਕਰ ਲਈਏ, ਫਿਰ ਚਾਹੇ ਉਹ ਅਫਗਾਨਿਸਤਾਨ ਦੀ ਤੁਸੀਂ ਗੱਲ ਕਰ ਲਓ, ਈਵਨ ਫੋਰ ਦੈਟ ਮੈਟਰ ਕੁਆਇਟ ਅ ਲਾਰਜ ਐਕਸਟੈਂਟ ਪਾਕਿਸਤਾਨ ਦੇ ਵਿੱਚ ਵੀ ਇਹੀ ਹੋ ਰਿਹਾ, ਔਰ ਕੁਛ ਹੱਦ ਤੱਕ ਸਾਡੇ ਇੰਡੀਆ ਸਾਈਡ ਪੰਜਾਬ ਦੇ ਵਿੱਚ ਵੀ ਇਹੀ ਹੋਇਆ, ਔਰ ਕਾਫੀ ਹੱਦ ਤੱਕ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ, ਇੰਡੀਅਨ ਸਾਈਡ ਕਸ਼ਮੀਰ ਦੇ ਵਿੱਚ ਵੀ, ਪਾਕਿਸਤਾਨ ਸਾਈਡ ਕਸ਼ਮੀਰ ਦੇ ਵਿੱਚ ਵੀ, ਔਰ ਇੰਡੀਅਨ ਸਾਈਡ ਪੰਜਾਬ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ। ਅੱਜ ਦੀ ਗੱਲ ਨਹੀਂ ਮੈਂ ਕਰ ਰਿਹਾ, ਪਰ ਕਾਫੀ ਦੇਰ ਚੱਲਦਾ ਰਿਹਾ। ਹੁਣ ਮੈਂ ਵਾਪਸ ਆ ਜਾਂਦਾ ਮੁੱਦੇ ਦੇ ਉੱਤੇ ਜਿਹੜਾ ਅਸੀਂ ਮਿਡਲ ਈਸਟ ਦੀ ਗੱਲ ਕਰ ਰਹੇ ਹਾਂ, ਕਿ ਜਦੋਂ ਲੀਡਰਸ ਕੋਲ ਵਿਜ਼ਨ ਨਹੀਂ ਹੈ, ਹੁਣ ਕਰਨਗੇ ਕੀ? ਪਾਵਰ 'ਚ ਆ ਗਏ ਨੇ, ਪਾਵਰ 'ਚ ਆ ਗਿਆ ਜੇ ਆ ਤੇ ਉਹ ਲੋਕਾਂ ਨੂੰ ਦੇਖੋ, ਹੁਣ ਲੋਕਾਂ ਨੂੰ ਕੀ ਚਾਹੀਦਾ, ਆਮ ਲੋਕਾਂ ਨੂੰ ਕੀ ਚਾਹੀਦਾ ਸਭ ਤੋਂ ਜ਼ਿਆਦਾ? ਅਸੀਂ ਕੈਨੇਡਾ 'ਚ ਬੈਠੇ ਹਾਂ, ਕੈਨੇਡਾ 'ਚ ਕਿਹੜਾ ਇੱਥੇ ਸਾਡੇ ਕੋਲ ਧਾਰਮਿਕ? ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਕੈਨੇਡਾ ਦੇ ਵਿੱਚ ਕਿਆ ਅਸੀਂ ਜਿੱਥੇ ਵੀ ਹਾਂ, ਜਿੱਥੋਂ ਵੀ ਆਏ ਹਾਂ, ਕਿਆ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਜ਼ਿਆਦਾ ਨੇ ਇੰਡੀਆ ਤੋਂ? ਨਹੀਂ। ਕਿਆ ਕੈਨੇਡਾ 'ਚ ਮੰਦਿਰ ਜ਼ਿਆਦਾ ਨੇ ਇੰਡੀਆ ਤੋਂ? ਨਹੀਂ। ਕਿਆ ਕੈਨੇਡਾ ਦੇ ਵਿੱਚ ਮਸਜਿਦਾਂ ਜ਼ਿਆਦਾ ਨੇ ਇੰਡੀਆ ਤੋਂ? ਨਹੀਂ। ਠੀਕ ਹੈ, ਅਸੀਂ ਇੱਥੇ ਧਾਰਮਿਕ ਰੀਜ਼ਨ ਨਾਲ ਤਾਂ ਆਏ ਨਹੀਂ ਹੈ, ਅਸੀਂ ਇੱਥੇ ਇਕਨੋਮਿਕ ਰੀਜ਼ਨ ਦੇ ਨਾਲ ਆਏ ਹਾਂ। ਕੈਨੇਡਾ ਦੇ ਵਿੱਚ ਇਕਨੋਮਿਕ ਰੀਜ਼ਨ ਨਾਲ ਆਏ ਹਾਂ ਕਿ ਕੈਨੇਡਾ ਦੇ ਵਿੱਚ ਰੁਜ਼ਗਾਰ ਮਿਲਦਾ, ਲੋਕ ਕੰਮ ਕਰਦੇ ਨੇ, ਲੋਕਾਂ ਦੀ ਇਨਕਮ ਹੈ। ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਇਰਾਨ ਦੀ $120 ਉੱਥੇ ਇਨਕਮ ਹੈਗੀ ਹੈ ਜੀ, ਮਹੀਨੇ ਦੀ ਮਿਨੀਮਮ ਵੇਜ, ਤੁਸੀਂ ਅੰਦਾਜ਼ਾ ਲਗਾ। ਔਰ ਉਹਦਾ ਕਾਰਨ ਕੀ ਆ? ਇਰਾਨ ਦੀ ਇਕੋਨਮੀ ਛੱਡ ਦਿਓ 2020, ਕਿਉਂਕਿ 2020 ਵਾਜ਼ ਅ ਕੋਵਿਡ ਈਅਰ, ਮੈਂ 21 ਵੀ ਛੱਡ ਦਿੰਦਾ, ਚਲੋ ਕੋਵਿਡ ਈਅਰ ਸੀਗਾ 21 ਵੀ, 22 ਦੇ ਵਿੱਚ ਕਿੰਨੀ ਇਕੋਨਮੀ ਹੈਗੀ ਆ? $400 billion ਮਸੀਂ ਟੱਚ ਕੀਤੀ ਹੈ, $400 billion। 23 ਦੇ ਵਿੱਚ ਫਿਰ ਉਹੀ $400 billion ਦੇ ਆਸ ਪਾਸ ਆ, 24 ਦੇ ਵਿੱਚ ਇਸ ਸਾਲ ਵੀ $409 billion, 410, ਸੋ ਉਹੀ $400 billion ਤੇ ਆ। 2025 ਔਰ 26 ਦੀਆਂ ਪ੍ਰੈਡਿਕਸ਼ਨਸ ਵੀ, ਜੇ ਤੁਸੀਂ ਵਰਲਡ ਬੈਂਕ IMF ਦੀ ਪ੍ਰੈਡਿਕਸ਼ਨਸ ਲਓ, $425 billion ਨੇ ਟੱਚ ਕਰਨਾ ਇਰਾਨ ਨੇ। ਠੀਕ ਹੈ, ਸੋ 2022, 2023, 2024, 2025, 2026 ਨੰਬਰ ਕੱਢ ਕੇ ਦੇਖ ਲਓ, ਇਕੋਨਮੀ ਇਜ਼ ਸਟੈਗਨੈਂਟ ਫੋਰ ਇਰਾਨ। 51% ਸਰਵਿਸ ਇੰਡਸਟਰੀ ਹੈ ਇਰਾਨ ਦੇ ਵਿੱਚ, ਉਸ ਤੋਂ ਬਾਅਦ, ਔਰ ਸਰਵਿਸ ਇੰਡਸਟਰੀ ਦੇ ਵਿੱਚ ਵੀ ਮੇਨਲੀ 14% ਰੀਅਲ ਸਟੇਟ ਹੈ, ਉਸ ਤੋਂ ਬਾਅਦ ਉਹਨਾਂ ਦੀ 23% ਜਿਹੜੀ ਉਹਨਾਂ ਦੀ ਆਉਂਦੀ ਹੈਗੀ ਆ ਆਇਲ ਤੋਂ। ਠੀਕ ਹੈ ਨਾ, ਮਾਈਨਿੰਗ ਸੈਕਟਰ ਆਇਲ ਲਾ ਲਓ 23%, ਉਸ ਤੋਂ ਬਾਅਦ ਕਿਤੇ ਹੋਰ ਮੈਨੂਫੈਕਚਰਿੰਗ, ਐਗਰੀਕਲਚਰ ਆ, ਹੋਰ ਕੁਛ ਵੀ ਨਹੀਂ ਹੈ ਉੱਥੇ, ਉੱਥੇ ਸਟੈਗਨੈਂਟ ਹੈ। ਕੋਈ ਨਵੀਆਂ ਨੌਕਰੀਆਂ ਨਹੀਂ ਜ਼ਿਆਦਾ ਕ੍ਰੀਏਟ ਹੋ ਰਹੀਆਂ, ਕੋਈ ਗਰੋਥ ਨਹੀਂ ਹੋ ਰਹੀ ਇਰਾਨ ਦੇ ਵਿੱਚ। ਜਦੋਂ ਗਰੋਥ ਨਹੀਂ ਹੋ ਰਹੀ, ਤੁਸੀਂ ਕੀ ਲੋਕਾਂ ਨੂੰ ਕੀ ਜਵਾਬ ਦਿਓਗੇ? ਲੀਡਰਸ਼ਿਪ ਉਹੀ ਬਰਕਰਾਰ ਰਹਿਣੀ ਹੈ, ਉਹੀ ਅਲੀ ਖੁਮੈਨੀ ਸਾਹਿਬ ਕਿਸ ਗੱਲ ਦੇ ਸੁਪਰੀਮ ਲੀਡਰ? ਅੱਜ ਮੈਂ ਖੁੱਲ ਕੇ ਗੱਲ ਕਰ ਲੈਣਾ, ਕਿਸ ਗੱਲ ਦੇ ਸੁਪਰੀਮ ਲੀਡਰ? ਕਿਸ ਗੱਲ ਦੇ ਸੁਪਰੀਮ ਲੀਡਰ? ਤਾਲਿਬਾਨ ਕਿਸ ਗੱਲ ਦਾ ਲੀਡਰ ਹੈ ਅਫਗਾਨਿਸਤਾਨ ਤੇ? ਇਰਾਨ ਕਿਸ ਗੱਲ ਦੇ ਲੀਡਰ? ਭਾਈ ਸਾਹਿਬ ਤੁਸੀਂ ਦੱਸੋ ਨਾ ਕਿਸ ਗੱਲ ਦੇ? ਮਹਿਮੂਦ ਅਬਾਸ ਸਾਹਿਬ ਦੀ ਜ਼ਿੰਦਗੀ ਨਿਕਲ ਜਾਏਗੀ, ਅਸੀਂ ਪੈਲਸਟੀਨੀਅਨ ਵੀ। ਮਹਿਮੂਦ ਅਬਾਸ ਸਾਹਿਬ ਤੁਸੀਂ ਕਿਸ ਗੱਲ ਦੇ ਲੀਡਰ? ਕਿਸ ਗੱਲ ਦੇ ਤੁਸੀਂ ਲੀਡਰ ਹੋ ਦੱਸੋ? ਹਮਾਸ ਕਿਸ ਗੱਲ ਦਾ ਲੀਡਰ? ਪਾਕਿਸਤਾਨ ਦੇ ਵਿੱਚ ਪੁੱਛਿਆ ਜਾਏ ਨਵਾਜ਼ ਸ਼ਰੀਫ ਸਾਹਿਬ, ਜ਼ਰਦਾਰੀ ਸਾਹਿਬ, ਪਾਕਿਸਤਾਨ ਦੇ ਵਿੱਚ ਕਿਸ ਗੱਲ ਦੇ ਲੀਡਰ? ਕਿਸ ਗੱਲ ਦੇ ਲੀਡਰ? ਇਸ ਗੱਲ ਦੇ ਲੀਡਰ ਕਿ ਅੱਜ ਸਾਊਦੀ ਅਰੇਬੀਆ ਤੋਂ 2 million ਮੰਗ ਕੇ ਰੋਟੀ ਖਾ ਲਈਏ, ਕਿ ਅੱਜ ਅਸੀਂ ਇਹਦੇ ਤੋਂ IMF ਤੋਂ ਲੋਨ ਲੈ ਕੇ ਰੋਟੀ ਖਾ ਲਈਏ, ਕਿ ਅੱਜ ਚਾਈਨਾ ਤੋਂ ਲੋਨ ਲੈ ਕੇ ਰੋਟੀ ਖਾ ਲਈਏ, ਇਸ ਗੱਲ ਦੇ ਲੀਡਰ ਹੋ ਤੁਸੀਂ? ਸੋ ਜਦੋਂ ਲੀਡਰਸ਼ਿਪ ਕੋਲ, ਔਰ ਮੈਂ ਪੰਜਾਬ ਤੇ ਵੀ ਆ ਜਾਂਦਾ, ਸਾਡੇ ਇੰਡੀਅਨ ਸਾਈਡ ਪੰਜਾਬ ਤੇ, ਠੀਕ ਹੈ, ਜਿਹੜਾ ਇੰਡੀਅਨ ਸਾਈਡ ਪੰਜਾਬ ਹੈ, ਉੱਥੇ ਵੀ ਇਹੀ, ਜਦੋਂ ਤੁਸੀਂ ਇਕੋਨਮੀ ਨਹੀਂ ਦੇ ਰਹੇ, ਜੋਬਸ ਨਹੀਂ ਦੇ ਰਹੇ, ਕੁਛ ਨਹੀਂ ਦੇ ਰਹੇ, ਫਿਰ ਉਹ ਤੁਸੀਂ ਆਈਡੀਓਲੋਜੀ ਕੋਈ ਨਾ ਕੋਈ ਲੈ ਕੇ ਆਉਂਗੇ, ਔਰ ਆਈਡੀਓਲੋਜੀ ਸਭ ਤੋਂ ਵਧੀਆ ਕੀ ਕੰਮ ਕਰਦੀ ਹੈ? ਧਰਮ ਦੀ ਆਈਡੀਓਲੋਜੀ ਲੈ ਆਓ, ਕਿ ਧਰਮ ਖਤਰੇ 'ਚ ਹੈ ਜੀ ਸਾਡਾ, ਅਸੀਂ ਲੜਾਈ ਲੜ ਰਹੇ ਹਾਂ ਕੋਈ। ਉਹ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਉਹ ਸਾਰਾ ਕੁਛ, ਉਹੀ ਸਾਰਾ ਕੁਛ। ਅਫਗਾਨਿਸਤਾਨ ਵੀ ਤਾਲਿਬਾਨ ਬੰਦੂਕਾਂ ਲੈ ਕੇ ਬੈਠਾ ਹੁੰਦਾ, ਧਰਮ ਦੇ ਨਾਮ ਦੀ ਗੱਲ ਕਰਦੇ ਆ, ਪਾਕਿਸਤਾਨ ਦੇ ਵਿੱਚ ਵੀ ਇਹੀ ਹੈ, ਠੀਕ ਹੈ, ਔਰ ਉਹਨਾਂ ਪਾਕਿਸਤਾਨ ਦੇ ਵਿੱਚ ਤਾਂ ਨਵੀਂ ਚੁੰਗਮ
ਉਹਨਾਂ ਨੇ ਦਿੱਤੀ ਨਾ ਕਿ ਜੀ ਕਸ਼ਮੀਰ ਔਰ ਪੈਲੇਸਟਾਈਨ, ਨਾ ਕਸ਼ਮੀਰ ਆਜ਼ਾਦ ਹੋਏ ਨਾ ਪੈਲੇਸਟਾਈਨ ਆਜ਼ਾਦ ਹੋਏ, ਲੋਕ ਸਾਨੂੰ ਨਾ ਪੁੱਛਣ। ਪਰ ਹੁਣ ਉੱਥੇ ਉਲਟੇ ਹੋ ਗਏ ਨੇ ਲੋਕ। ਇਰਾਨ ਦੇ ਵਿੱਚ ਵੀ ਜਿਹੜੀਆਂ ਜਿਹੜੇ ਯੰਗਸਟਰਸ ਨੇ, ਜਿਹੜਾ ਯੂਥ ਹੈ, ਉਹ ਇਕੱਲਾ ਇਸ ਗੱਲ ਦੇ ਓਪਰੇਸ਼ਨ ਦੇ ਖਿਲਾਫ ਨਹੀਂ ਸੀਗਾ ਇਰਾਨ ਦੇ ਵਿੱਚ ਯੂਥ, ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਭਾਈ ਸਾਹਿਬ ਕੱਪੜੇ ਪਾਉਣ ਦਿਓ, ਜੇ ਉਹ ਪਾਉਂਦੀ ਹੈ ਬੁਰਕਾ ਮਰਜ਼ੀ ਨਾਲ ਪਾਉਣ ਦਿਓ, ਜੇ ਉਹ ਨਹੀਂ ਪਾਉਂਦੀ ਬੁਰਕਾ ਉਹ ਸਿਰਫ ਹੈਡ ਸਕਾਰਫ ਲੈਣਾ ਚਾਹੁੰਦੀ ਹੈ ਤਾਂ ਉਹਨੂੰ ਹੈਡ ਸਕਾਰਫ ਲੈਣ ਦਿਓ, ਔਰ ਜੇ ਉਹ ਹੈਡ ਸਕਾਰਫ ਵੀ ਨਹੀਂ ਪਾਉਣਾ ਚਾਹੁੰਦੀ ਤਾਂ ਵੀ ਠੀਕ ਹੈ। ਠੀਕ ਹੈ ਕਿ ਨਹੀਂ? ਉਹਦੇ ਵਿੱਚ ਯੂਥ, ਲੜਕੇ ਲੜਕੀਆਂ, ਕਿਉਂ ਇਹ ਰੈਵੋਲਿਊਸ਼ਨ ਇਰਾਨ ਦੇ ਵਿੱਚ ਕਿਉਂ ਇਹ ਇੰਨੀ ਜ਼ਿਆਦਾ ਉਹ ਹੈਗੀ ਹੈ? ਔਰ ਦੂਸਰੀ ਤਰਫ ਕੀ ਹੈ ਕਿ ਇਰਾਨ, ਕਿਉਂਕਿ ਜਦ ਤੁਸੀਂ ਜੋਬਸ ਨਹੀਂ ਦੇ ਰਹੇ ਇਰਾਨ ਦੇ ਵਿੱਚ, ਠੀਕ ਹੈ, ਜਾਂ ਤੁਹਾਡੀ ਇਕਨੋਮੀ ਗਰੋ ਹੀ ਨਹੀਂ ਕਰ ਰਹੀ, ਮੈਂ ਤੁਹਾਨੂੰ ਹੁਣੇ ਨੰਬਰ ਤੁਹਾਡੇ ਸਾਹਮਣੇ ਰੱਖਦੇ ਆ, 2022 ਤੋਂ ਲੈ ਕੇ 2030 ਤੱਕ ਜੇ ਤੁਹਾਡੀ ਇਕਨੋਮੀ 400 billion ਤੋਂ 600 billion ਨਹੀਂ ਪਹੁੰਚ ਰਹੀ, 200 billion ਵੀ ਨਹੀਂ ਵੱਧ ਰਹੀ, ਤੁਸੀਂ ਸਟੈਗਨੈਂਟ ਹੈ, ਤੇ ਲੋਕਾਂ ਨੂੰ ਤਾਂ ਭਾਈ ਸਾਹਿਬ ਤਰੱਕੀ ਚਾਹੀਦੀ ਹੈ ਨਾ। ਲੋਕ ਦੇਖ ਰਹੇ ਕਿ ਦੁਨੀਆ ਕਿੱਥੇ ਜਾ ਰਹੀ, ਲੋਕਾਂ ਨੂੰ ਤਾਂ ਤਰੱਕੀ ਚਾਹੀਦੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਆਈਡੀਓਲੋਜੀ ਲਿਆ ਕੇ ਖੜੀ ਕਰ ਦਿੰਦੇ ਆ ਕਿ ਉਹ ਕੋਈ ਸੁਪਰੀਮ ਲੀਡਰ ਬਣ ਕੇ ਘੁੰਮ ਰਿਹਾ। ਹੁਣ ਹਸਨ ਨਸਰੱਲਾ ਸਾਹਿਬ ਆਹ ਨੇ ਜਿਹਨਾਂ ਦਾ ਕਤਲ ਹੋਇਆ, ਠੀਕ ਹੈ, ਕੀ ਕੰਟਰੀਬਿਊਸ਼ਨ ਕੀ ਹੈ ਦੱਸੋ ਮੈਨੂੰ, ਵਟ ਇਜ਼ ਦ ਕੰਟਰੀਬਿਊਸ਼ਨ, ਕੀ ਕੰਟਰੀਬਿਊਸ਼ਨ ਹੈ ਤੁਹਾਡੀ ਆਮ ਲੋਕਾਂ ਦੀ ਲਾਈਫ ਦੇ ਵਿੱਚ? ਕੋਈ ਕੰਟਰੀਬਿਊਸ਼ਨ ਹੈ ਤੁਸੀਂ ਉਹ ਦੱਸੋ, ਕਿ ਤੁਸੀਂ ਕੋਈ ਨਵੀਂ ਕੋਈ ਟੈਕਨੋਲੋਜੀ ਲੈ ਕੇ ਆ ਗਏ ਹੋ, ਕੋਈ ਨਵੇਂ ਕੋਈ ਆਈਟੀ ਹੈ, ਕੋਈ ਨਵਾਂ ਕੋਈ ਫਾਰਮਾਸਿਊਟੀਕਲ ਹੈ, ਕੋਈ ਨਵਾਂ ਕੋਈ ਇਲੈਕਟ੍ਰਿਕ ਵਹੀਕਲਸ ਦੀ ਕੋਈ ਮਸ਼ੀਨਰੀ ਦਾ ਜਾਂ ਕੋਈ ਹੋਰ ਕੋਈ ਮੈਨੂਫੈਕਚਰਿੰਗ ਦਾ ਕੰਮ ਖੋਲ ਦਿੱਤਾ ਹੈ? ਬੱਚਾ ਤੇ ਜਿਹੜਾ ਅੱਜ ਦਾ ਕਾਲਜ ਦੇ ਵਿੱਚ ਦੇਖੋ, ਪੁਰਾਣਾ ਟਾਈਮ ਇਹ ਚੱਲਦਾ ਰਿਹਾ, ਹੁਣ ਬੱਚੇ ਫੋਨ ਦੇ ਜ਼ਰੀਏ ਵਰਲਡ ਦੇ ਨਾਲ ਕਨੈਕਟਡ ਨੇ। ਵੈਨ ਦੇ ਸੀ ਦ ਵਰਲਡ ਗਰੋਇੰਗ ਉਹ ਚਾਹੁੰਦੇ ਨੇ ਕਿ ਚਾਹੇ ਅਸੀਂ ਇਰਾਕ 'ਚ ਹਾਂ, ਚਾਹੇ ਅਸੀਂ ਇਰਾਨ 'ਚ ਹੈ, ਚਾਹੇ ਸੀਰੀਆ 'ਚ ਹੈ, ਚਾਹੇ ਲਿਬੀਆ 'ਚ ਹੈ, ਲਿਬਨਾਨ 'ਚ ਹੈ, ਜੋਰਡਨ 'ਚ ਹੈ, ਪੈਲਸਟਾਈਨ 'ਚ ਹੈ, ਵੈਸਟ ਬੈਂਕ 'ਚ ਅਸੀਂ ਰਹਿੰਦੇ ਹਾਂ, ਅਸੀਂ ਇਰਾਨ 'ਚ ਹੈਗੇ ਹਾਂ, ਅਸੀਂ ਪਾਕਿਸਤਾਨ 'ਚ ਹੈ ਜਾਂ ਇੰਡੀਆ ਸਾਈਡ ਪੰਜਾਬ 'ਚ ਹੈ, ਦੇ ਆਲ ਵਾਂਟ ਟੂ ਪ੍ਰੋਸਪਰ, ਉਹ ਗਰੋ ਕਰਨਾ ਚਾਹੁੰਦੇ ਨੇ। ਲੇਕਿਨ ਇਹਨਾਂ ਦੇ ਲੀਡਰਸ ਕੋਲ ਜਿਹੜੀ ਕਾਮਨ ਚੀਜ਼, ਜਿਹੜੀ ਮੈਂ ਉੱਥੋਂ ਇੱਕ ਕੋਨੇ ਤੋਂ ਤੁਹਾਨੂੰ ਦੂਜੇ ਕੋਨੇ ਤੱਕ ਲਿਆ ਕੇ ਖੜਾ ਕਰ ਦਿੱਤਾ ਹੈ, ਵਨ ਆਫ ਦ ਕਾਮਨ ਥਿੰਗਸ ਵਿਚ ਇਜ਼ ਮਿਸਿੰਗ, ਦੈਟ ਇਜ਼ ਵਿਜ਼ਨ। ਉਹਨਾਂ ਕੋਲ ਉਹ ਵਿਜ਼ਨ ਨਹੀਂ ਹੈ ਲਾਗੂ ਕਰਨ ਦਾ, ਉਹ ਜ਼ਬਰਦਸਤੀ ਸੱਤਾ ਦੇ ਬਣੇ ਰਹਿਣੇ ਜਾਂਦੇ ਨੇ, ਉਹਦੇ ਕਾਰਨ ਇਹ ਸਾਰੀਆਂ ਕੰਪਲੀਕੇਸ਼ਨ ਆਉਂਦੀਆਂ, ਜਾ ਕੇ ਫਿਰ ਟੱਕਰ ਮਾਰਦੇ ਇਜ਼ਰਾਈਲ ਦੇ ਨਾਲ, ਫਿਰ ਇਜ਼ਰਾਈਲ ਨੂੰ ਬੁਰਾ ਭਲਾ ਕਹੋ, ਅਸੀਂ ਪੈਲੇਸਟੀਨ ਨੂੰ ਆਜ਼ਾਦ ਕਰਾਉਣਾ ਹੈਗਾ, ਇਹ ਸਾਰਾ ਸਿਲਸਿਲਾ ਚੱਲਦਾ ਰਹਿੰਦਾ। ਮੈਂ ਗੱਲ ਫਿਰ ਦੁਬਾਰਾ ਇੱਥੇ ਖਤਮ ਕਰ ਦਿੰਦਾ, ਤੁਸੀਂ ਗੱਲ ਦਾ ਜਵਾਬ ਦੇ ਦਿਓ ਕਿ ਜੇ ਪੈਲੇਸਟਾਈਨ ਹੈ, ਤੁਸੀਂ ਇਰਾਨ ਦੀ ਕੀ ਕੰਟਰੀਬਿਊਸ਼ਨ ਹੈ ਪੈਲੇਸਟਾਈਨ ਵਾਸਤੇ, ਸਿਵਾਏ ਹਜ਼ਬੁੱਲਾ ਨੂੰ ਟ੍ਰੇਨਿੰਗ ਦੇਣ ਦੇ, ਤੇ ਜਾ ਕੇ ਜਿੱਥੇ ਤੁਸੀਂ ਰਾਕਟ ਮਾਰੋ, ਤੁਸੀਂ ਇਹ ਲੜਾਈ ਲੜੋ, ਹੋਰ ਬੰਬ ਕਰੋ, ਹੋਰ ਤਾਂ ਕੀ ਹੈ? ਪਰ ਨਵੇਂ ਜਿਹੜੇ ਲੀਡਰ ਬਣੇ ਨੇ ਨਈਮ ਸਾਹਿਬ, ਜਿਹੜੇ ਨਵੇਂ ਲੀਡਰ ਬਣੇ ਨੇ ਇਹਨਾਂ ਦੇ ਆਪਣੇ ਹਜ਼ਬੁੱਲਾ ਦੇ, ਉਹ ਕਹਿੰਦੇ ਜੀ ਉਹਨਾਂ ਦੀ ਸਪੈਸ਼ਲਾਈਜੇਸ਼ਨ ਹੈ, ਉਹ ਬੜੇ ਸਪੋਰਟਰ ਨੇ ਕਹਿੰਦੇ ਫਿਦਾਇਨ ਹਮਲੇ ਦੇ। ਫਿਦਾਇਨ ਹਮਲੇ ਕੀ ਆ? ਸੁਸਾਈਡ ਬੰਬਰ। ਇਹ ਕੰਟਰੀਬਿਊਸ਼ਨ ਹੈ ਉਹਨਾਂ ਦੀ। ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਕਿ ਚਲੋ ਇਰਾਨ ਦੇ ਵਿੱਚ ਤੇ ਮੈਂ ਕਮੈਂਟਰੀ ਸੁਣਦਾ ਇਸ ਤਰ੍ਹਾਂ ਦੀ, ਠੀਕ ਹੈ, ਹਮਾਸ ਦੇ ਬਾਰੇ ਉੱਥੇ ਵੀ ਗੱਲ ਸੁਣਦਾ ਹੈ ਆਪਣੇ ਪੈਲੇਸਟਾਈਨ ਦੇ ਵਿੱਚ, ਵੈਸਟ ਬੈਂਕ ਦੇ ਵਿੱਚ, ਵਿਦ ਡਿਊ ਰਿਸਪੈਕਟ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ। ਈਵਨ ਪਾਕਿਸਤਾਨ ਦੇ ਵਿੱਚ ਕਹਿੰਦੇ ਹਾਂਜੀ ਹਾਂਜੀ, ਮੈਂ ਪਾਕਿਸਤਾਨ ਦੇ ਵਿੱਚ ਇਹ ਸੁਣ ਰਿਹਾ ਕਮੈਂਟਰੀ, ਅਖਬਾਰਾਂ ਪੜ੍ਹੋ ਤੁਸੀਂ ਉੱਥੇ ਪਾਕਿਸਤਾਨ ਦੇ ਵਿੱਚ, ਉਹ ਕਹਿੰਦੇ ਹਾਂਜੀ ਇਹ ਬੜੀ ਬਹੁਤ ਬੜੀ ਬਾਤ ਹੈ ਜੀ। ਯਾਰ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਜੇ ਤੁਹਾਨੂੰ ਤੁਸੀਂ ਇੰਨੇ ਜ਼ਿਆਦਾ ਤੁਸੀਂ ਪੈਲੇਸਟਾਈਨ ਦੇ ਰਖਵਾਲੇ ਹੈਗੇ ਹੋ, ਤੇ ਨਵਾਜ਼ ਸ਼ਰੀਫ ਸਾਹਿਬ ਤੁਹਾਡੇ ਬੱਚੇ ਤਾਂ ਲੰਡਨ ਰਹਿਣ ਤੇ ਲੰਡਨ ਪੜ੍ਹਨ, ਇੰਡੀਆ ਪਾਕਿਸਤਾਨ ਜੇ ਆਉਣ ਤੇ ਸਿੱਧੇ ਪੰਜਾਬ ਦੇ ਚੀਫ ਮਿਨਿਸਟਰ ਬਣ ਜਾਂਦੇ ਨੇ। ਨਵਾਜ਼ ਸ਼ਰੀਫ ਸਾਹਿਬ ਦੇ ਤਾਂ ਬੱਚੇ ਇੱਦਾਂ ਹੀ ਹੈ ਨਾ, ਠੀਕ ਹੈ ਨੀ? ਜ਼ਰਦਾਰੀ ਸਾਹਿਬ ਦੇ ਬੱਚੇ ਲੰਡਨ ਪੜ੍ਹਨ, ਲੰਡਨ ਬੇਨਜ਼ੀਰ ਭੁੱਟੋ ਸਾਹਿਬਾ ਵੀ ਲੰਡਨ ਹੀ ਪੜ੍ਹਦੇ ਸੀਗੇ, ਉੱਥੇ ਮਿਲੇ ਸੀ ਰਾਜੀਵ ਗਾਂਧੀ ਨੂੰ, ਠੀਕ ਹੈ, ਉੱਥੇ ਲੰਡਨ ਪੜ੍ਹਨ, ਤੁਹਾਡੇ ਬੱਚੇ ਤਾਂ ਕੈਂਬਰਿਜ ਜਾਣ, ਸਟੈਨਫੋਰਡ ਜਾਣ, ਯੇਲ ਯੂਨੀਵਰਸਿਟੀ ਜਾਣ,
ਤੁਹਾਡੇ ਜ਼ਿਆਦਾ ਤੁਹਾਡਾ ਬੱਚਾ ਵੀ ਕੋਈ ਜਾਏ ਪੈਲਸਟਾਈਨ ਦੇ ਵਿੱਚ ਜਾ ਕੇ ਕੋਈ ਹੋਏ ਕੋਈ ਸੁਸਾਈਡ ਬੰਬਰ ਬਣੇ ਕੋਈ ਸ਼ਹੀਦ ਹੋਏ ਤਾਂ ਅਸੀਂ ਮੰਨੀਏ ਕਿ ਤੁਸੀਂ ਵਾਕਈ ਇਸ ਆਈਡੀਓਲੋਜੀ 'ਚ ਬਿਲੀਵ ਕਰਦੇ ਹੋ। ਉਹ ਆਮ ਪਾਕਿਸਤਾਨੀਆਂ ਦੇ ਬੱਚਿਆਂ ਨੂੰ, ਆਮ ਇਰਾਨੀਅਨਸ ਨੂੰ, ਆਮ ਪੈਲਸਟੀਨੀਅਨਸ ਨੂੰ ਤੁਸੀਂ ਨਫ਼ਰਤ ਭਰ ਭਰ ਕੇ ਉਹਨਾਂ ਦੇ ਵਿੱਚ ਕੇ ਪ੍ਰੋਟੈਸਟ ਕਰੋ। ਪਹਿਲਾ ਕੰਮ ਪ੍ਰੋਟੈਸਟ, ਅਗਲਾ ਕੰਮ ਤੁਸੀਂ ਬੰਦੂਕ ਚੱਕੋ, ਔਰ ਫਾਈਨਲ ਕੰਮ ਤੁਸੀਂ ਸੁਸਾਈਡ ਬੰਬਰ ਬਣ ਜਾਓ। ਆਹ ਤਿੰਨ ਕੰਮ ਸਿਖਾਇਆ ਤੁਸੀਂ, ਪਹਿਲਾ ਪ੍ਰੋਟੈਸਟ, ਦੂਜਾ ਬੰਦੂਕ ਨਾਲ ਲੜੋ, ਔਰ ਤੀਸਰਾ ਜਾ ਕੇ ਸੁਸਾਈਡ ਬੰਬਰ ਬਣ ਜਾਓ। ਕਿਉਂ ਨਹੀਂ? ਔਰ ਤੁਸੀਂ ਆਪਣੇ ਤੁਹਾਡੇ ਬੱਚਿਆਂ ਨੂੰ ਇਹਨਾਂ 'ਚੋਂ ਤਿੰਨਾਂ 'ਚੋਂ ਕੋਈ ਕੰਮ ਨਹੀਂ ਹੈਗਾ ਤੁਹਾਡੇ ਬੱਚਿਆਂ ਨੂੰ। ਕੋਈ ਲੀਡਰਸ਼ਿਪ ਲੈ ਲਓ, ਤੁਸੀਂ ਜਿਹੜੇ ਮਰਜ਼ੀ ਪਾਕਿਸਤਾਨ ਦੇ ਫੌਜੀ ਜਨਰਲ ਦੇ ਬੱਚਿਆਂ ਨੂੰ ਦੇਖ ਲਓ, ਜਿਹੜੇ ਮਰਜ਼ੀ ਜ਼ਰਦਾਰੀ ਗਰੁੱਪ, ਜਿਹੜੇ ਮਰਜ਼ੀ ਜਿਹਨੂੰ ਲੈ ਲਓ, ਠੀਕ ਹੈ ਕਿ ਨਹੀਂ? ਉਹ ਸਾਰਿਆਂ ਦਾ, ਦੂਸਰਿਆਂ ਦੇ ਬੱਚਿਆਂ ਨੂੰ ਤੁਸੀਂ ਭੜਕਾਹਟ ਪੈਦਾ ਕੀਤੀ, ਉਹ ਬੱਚੇ ਵਿਚਾਰੇ ਯੂਥ ਹੈ, ਉਹ ਜਾ ਕੇ ਉੱਥੇ ਮਰ ਰਹੇ ਨੇ, ਦੇ ਆਰ ਬੀਂਗ ਯੂਜ਼ਡ ਐਜ਼ ਫੋਡਰ, ਉਹ ਬੰਦੂਕ ਚੱਕ ਰਹੇ ਨੇ, ਲੜ ਰਹੇ ਨੇ, ਵਿਚਾਰੇ ਮਰ ਜਾਂਦੇ ਉੱਥੇ, ਠੀਕ ਹੈ? ਸੋ ਇਹ 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 ਪ੍ਰੋਬਲਮ ਆਈਡੀਓਲੋਜੀ ਦੀ ਘੱਟ ਹੈ, ਵਿਜ਼ਨ ਹੈ ਨਹੀਂ ਕੋਈ, ਔਰ ਉਹ ਸੱਤਾ 'ਤੇ ਕਾਬਜ ਰਹਿਣਾ ਚਾਹੁੰਦੇ ਨੇ, ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਜਿੰਨੇ ਤੁਸੀਂ ਮੈਨੂੰ ਹਸਨ ਨਸਰੱਲਾ ਦੀ ਤਸਵੀਰ ਲਗਾਈ ਹੈ, ਮੈਨੂੰ ਦੱਸੋ ਕੋਈ ਇਹਨਾਂ ਦੀ ਕੰਟਰੀਬਿਊਸ਼ਨ ਕੀ ਹੈ ਹਿਊਮੈਨਿਟੀ ਨੂੰ? ਕੱਲ੍ਹ ਨੂੰ ਜੇ ਇਹਨਾਂ ਨੇ ਲਿਬਨਾਨ ਦੇ ਵਿੱਚ, ਇਹਨਾਂ ਦੀ ਫੌਜ ਹਿਜ਼ਬੁੱਲਾ ਜਿਹੜੀ ਲਿਬਨਾਨ ਦੀ ਆਰਮੀ, ਉਸ ਤੋਂ ਜ਼ਿਆਦਾ ਪਾਵਰਫੁੱਲ ਹੈ। ਇਰਾਨ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ, ਵਾਰ ਵਾਰ ਨੰਬਰਸ ਨਹੀਂ ਰਿਪੀਟ ਕਰਨਾ ਚਾਹੁੰਦਾ, ਕੰਟਰੀਬਿਊਸ਼ਨ ਕੀ ਹੈ ਲੀਡਰਸ ਦੀ? ਤੁਸੀਂ ਇਕੋਨਮੀ ਗਰੋ ਕੀਤੀ, ਕੋਈ ਜੋਬਸ ਕ੍ਰੀਏਟ ਕੀਤੀਆਂ, ਤੁਹਾਡੇ ਕੋਲ ਆਪਣੇ ਜਿਹੜੇ ਪੋਰਟਸ ਨੇ, ਠੀਕ ਹੈ, ਇਰਾਨ ਦਾ ਚਾਬਹਾਰ ਪੋਰਟ ਹੈ, ਉਹ ਕਦੇ ਇੰਡੀਆ ਪੈਸਾ ਲਗਾ ਰਿਹਾ ਉੱਥੇ? ਇੰਡੀਆ ਇਜ਼ ਪੁਟਿੰਗ ਮਨੀ ਚਾਬਹਾਰ ਪੋਰਟ 'ਤੇ, ਯੂ ਡੋਂਟ ਹੈਵ ਮਨੀ ਟੂ ਰਨ ਯੋਰ ਓਨ ਪੋਰਟ, ਤੁਸੀਂ ਪੋਰਟ ਦੀ ਗੱਲ ਕਰ ਰਹੇ ਹੋ। ਇੱਧਰ ਪਾਕਿਸਤਾਨ 'ਚ ਗਵਾਦਰ ਹੈ, ਉਹ ਚਾਈਨਾ ਪੈਸਾ ਲਗਾ ਰਿਹਾ ਉੱਥੇ, ਯੂ ਡੋਂਟ ਹੈਵ ਮਨੀ, ਤੁਹਾਡੇ ਕੋਲ ਪੈਸਾ ਨਹੀਂ ਹੈ, ਤੁਹਾਡੇ ਕੋਈ ਵਿਜ਼ਨ ਨਹੀਂ ਹੈ, ਕੋਈ ਆਈਡੀਆ ਨਹੀਂ ਹੈ। ਚਾਬਹਾਰ ਪੋਰਟ ਇੰਡੀਆ ਪੈਸੇ ਲਗਾ ਦੇਗਾ, ਕਦੇ ਚਾਈਨਾ ਆ ਜਾਂਦਾ ਹੈ, ਅਸੀਂ ਤੁਹਾਨੂੰ ਇੰਡੀਆ ਤੋਂ ਜ਼ਿਆਦਾ ਪੈਸੇ ਦੇ ਦਿੰਦੇ ਹਾਂ, ਫਿਰ ਇੰਡੀਆ ਵੱਲੋਂ ਐਸ ਜੈ ਸ਼ੰਕਰ ਸਾਹਿਬ ਪਹੁੰਚ ਜਾਂਦੇ ਆ, ਨਹੀਂ ਜੀ ਨਹੀਂ ਸਾਡੇ ਨਾਲ ਡੀਲ ਕਰ ਲਓ, ਅਸੀਂ ਦੋ ਪੈਸੇ ਵੱਧ ਦੇ ਦਿੰਦੇ ਹਾਂ। ਯੂਅਰ ਆਲਵੇਜ਼ ਲੁਕਿੰਗ ਫੋਰ ਮਨੀ, ਦਿਸ ਇਜ਼ ਵਾਟ ਇਰਾਨ ਇਜ਼। ਤੁਹਾਡੇ ਇਰਾਨ ਦੀ ਪੋਜੀਸ਼ਨ ਕੀ ਹੈ ਦੱਸੋ ਨਾ, ਪੋਜੀਸ਼ਨ ਕੀ ਹੈ ਤੁਹਾਡੀ? ਉਹ ਅੱਜ ਦੀ ਤੋਂ ਕੋਈ ਪਿਛਲੇ 15-20 ਸਾਲ 'ਚ ਕੋਈ ਪੋਜੀਸ਼ਨ ਸੁਧਾਰੀ ਹੁੰਦੀ, ਤੁਸੀਂ ਕੁਛ ਤਰੱਕੀ ਕੀਤੀ ਹੁੰਦੀ, ਤਾਂ ਫਿਰ ਤੁਹਾਨੂੰ ਇਸ ਪਾਸੇ ਫੋਕਸ ਹੀ ਨਹੀਂ ਹੋਣਾ ਸੀ ਤੁਹਾਡਾ। ਤੁਸੀਂ ਕਹਿੰਦੇ ਠੀਕ ਹੈ, ਅਸੀਂ ਵੀ ਆਰ ਇਨ ਸੋਲੀਡੈਰਿਟੀ ਵਿਦ ਪੈਲਸਟਾਈਨ, ਠੀਕ ਹੈ ਨਹੀਂ, ਵੀ ਆਰ ਇਨ ਸੋਲੀਡੈਰਿਟੀ ਵਿਦ ਪੈਲਸਟਾਈਨ, ਅਸੀਂ ਫਿਲਿਸਤੀਨੀ ਲੋਕਾਂ ਦੇ ਹੱਕ 'ਚ ਖੜੇ ਹਾਂ, ਪਰ ਸਾਊਦੀ ਅਰੇਬੀਆ, UAE, ਕਤਰ ਕਿੱਥੇ ਪਹੁੰਚ ਗਏ ਨੇ? ਬਹਿਰੀਨ ਦੇਖੋ ਨਾ ਕਿੱਥੇ ਪਹੁੰਚ ਗਏ ਉਹ ਕੰਟਰੀਜ਼, ਕਿਉਂਕਿ ਉਹਨਾਂ ਨੇ ਆਪਣੀ ਉਹਨਾਂ ਨੇ ਕਿਹਾ ਠੀਕ ਹੈ, ਬਟ ਮੇਨ ਉਹਨਾਂ ਨੇ ਇਨਫਰਾਸਟਰਕਚਰ 'ਤੇ ਫੋਕਸ ਕੀਤਾ, ਔਰ ਆਪਣੇ ਇਨਫਰਾਸਟਰਕਚਰ ਨੂੰ ਕਿਤੇ ਦਾ ਕਿਤੇ ਲੈ ਗਏ। ਅੱਜ ਦੁਨੀਆ ਤੋਂ ਲੋਕ ਦੁਬਈ 'ਚ ਕੰਮ ਕਰਨ ਜਾਂਦੇ ਨੇ, ਵਾਸਟ ਮੈਜੋਰਟੀ, ਮੈਂ ਇੰਡੀਅਨ ਕਮਿਊਨਿਟੀ ਨੂੰ ਜਾਣਦਾ, ਉਹ ਜਿਹੜਾ ਬੰਦਾ ਦੁਬਈ ਰਹਿੰਦਾ ਹੈਗਾ, ਠੀਕ ਹੈ ਕਿ ਨਹੀਂ, ਉਹ ਦੁਬਾਰਾ ਕਹਿੰਦੇ ਜੀ ਛੱਡੋ ਕੈਨੇਡਾ, ਛੱਡੋ ਅਮਰੀਕਾ, ਦੁਬਈ 2.5 ਘੰਟੇ ਦੀ ਫਲਾਈਟ ਹੈ, ਮਜ਼ੇ ਮਜ਼ੇ ਉੱਥੇ ਇੰਡੀਆ, ਇੰਨੀ ਗਰੋਥ ਆ ਉੱਥੇ, ਉਹ ਕਹਿੰਦੇ ਪੈਸਾ ਵੀ ਹੈ, ਟੈਕਸ ਫਰੀ ਇਨਕਮ ਕਰ ਰਹੇ ਨੇ, ਬੜੇ ਬੜੇ ਉਹਨਾਂ ਨੇ ਵਿਲਾਜ਼ ਲਏ ਹੋਏ ਨੇ ਉੱਥੇ। ਮੇਰੇ ਜਿੰਨੇ ਇੰਡੀਅਨ ਫਰੈਂਡਸ ਇੱਥੇ ਕੋਈ ਕੈਨੇਡਾ ਆਉਂਦੇ ਆ, ਜਿਹੜੇ ਉੱਥੇ ਵੀ ਹੈਗੇ ਨੇ, ਜਾਂ ਜਿਹੜੇ ਇੱਥੇ ਕੈਨੇਡਾ ਵੀ ਆਉਂਦੇ, ਉਹ ਇਹੀ ਗੱਲਾਂ ਕਰਦੇ ਨੇ। ਉਹ ਕਹਿੰਦੇ ਦੁਬਈ ਦੁਬਈ ਹੈ, UAE, ਉਹ ਵੀ ਇੱਕ ਮੁਸਲਿਮ ਮੈਜੋਰਟੀ ਕੰਟਰੀ ਹੈ ਨਾ, ਮੁਸਲਿਮ ਰੂਲਰ ਨੇ, ਉਹ ਕਹਿੰਦੇ ਜਨਾਬ ਦੁਬਈ ਦਾ ਮੁਕਾਬਲਾ ਹੀ ਕੋਈ ਨਹੀਂ, ਪੈਸਾ ਵੀ ਹੈ, ਸਭ ਕੁਛ ਹੈ ਉੱਥੇ, ਕੀ ਚਾਹੀਦਾ ਤੁਹਾਨੂੰ? ਇੰਡੀਅਨ ਸਟਾਈਲ, ਉਹ ਕਹਿੰਦੇ ਘਰ ਦੇ ਵਿੱਚ ਤੁਹਾਨੂੰ ਡੋਮੈਸਟਿਕ ਹੈਲਪ ਚਾਹੀਦੀ ਹੈ, ਘਰ ਦੇ ਵਿੱਚ ਡੋਮੈਸਟਿਕ ਹੈਲਪ ਮਿਲ ਜਾਂਦੀ ਹੈ, ਕੱਪੜੇ ਪ੍ਰੈਸ ਕੀਤੇ ਹੈ, ਖਾਣਾ ਗਰਮਾ ਗਰਮ ਮਿਲ ਰਿਹਾ, ਫਲਾਈਟ ਪਕੜੋ 2-2.5 ਘੰਟੇ ਆਰਾਮ ਦੇ ਨਾਲ ਇੰਡੀਆ ਪਹੁੰਚ ਜਾਓ, ਠੀਕ ਹੈ, ਸਵੇਰੇ ਜਾਓ, ਰਾਤ ਨੂੰ ਵਾਪਸ ਇੰਡੀਆ ਤੋਂ, ਬਿਜ਼ਨਸ ਕਲਾਸ ਜਾਈਦਾ, ਸੁੱਤੇ ਜਾਈਦਾ, ਸੁੱਤੇ ਆ ਜਾਈਦਾ, ਮਤਲਬ ਇੱਕ ਜ਼ਿੰਦਗੀ ਹੋਰ ਆ ਦੁਬਈ ਦੇ ਵਿੱਚ। ਆਈਫਾ ਅਵਾਰਡ ਹੁਣੇ ਦੁਬਈ 'ਚ ਹੋ ਕੇ ਹਟਿਆ, ਠੀਕ ਹੈ, ਸੋ ਉਹ ਉੱਥੇ ਇੱਕ ਸਿਸਟਮ ਹੀ ਹੋਰ ਆ ਉਹਨਾਂ ਨੇ ਦੁਬਈ, ਉਹ ਵੀ ਮੁਸਲਿਮ। ਤੁਹਾਨੂੰ ਲੱਗਦਾ ਕਿ ਆਈਫਾ ਅਵਾਰਡਸ ਜਾਂ ਕੋਈ ਬੜੀ ਚੀਜ਼, ਕੋਈ ਇਕੋਨਮੀ, ਕੋਈ ਇੱਥੇ ਹਿਜ਼ਬੁੱਲਾ ਹਮਾਸ ਖੜਾ ਕੀਤਾ ਹੈ ਪੈਲਸਟਾਈਨ, ਸਿਰ 'ਤੇ ਪੱਟੀਆਂ ਬੰਨ ਕੇ, ਬੰਦੂਕਾਂ ਲੈ ਕੇ, ਸੁਸਾਈਡ ਬੰਬਰ ਬਣ ਕੇ ਘੁੰਮ ਰਹੇ ਆ, ਕੋਈ ਇਹਨਾਂ ਨਾਲ ਕੋਈ ਗੱਲ ਕਰ ਲਏਗਾ, ਕੋਈ ਸਮਝਦਾਰੀ ਦੀ, ਕੋਈ ਅਕਲ ਦੀ ਗੱਲ ਕਰ ਲਏਗਾ ਇਹਨਾਂ ਦੇ ਨਾਲ ਕੋਈ?
ਠੀਕ ਹੈ ਨੀ। ਉਹ ਸਾਊਦੀ ਅਰੇਬੀਆ ਦੇਖੋ ਕਿੱਥੇ ਤਰੱਕੀ ਤੇ ਜਾ ਰਿਹਾ, ਸਾਊਦੀ ਅਰੇਬੀਆ ਬੀਚਸ ਬਣ ਰਹੇ ਨੇ, ਹੁਣ ਬੀਚ ਬਣਾਉਣੇ ਆ, ਉੱਥੇ ਟੂਰਿਜ਼ਮ ਵਧਾਉਣਾ। ਸਾਊਦੀ ਅਰੇਬੀਆ ਦੀ ਮੈਂ ਗੱਲ ਕਰ ਰਿਹਾ, ਸਾਊਦੀ ਅਰੇਬੀਆ, ਮੈਂ UAE ਦੀ, ਬਹਿਰੀਨ ਦੀ, ਕਤਰ ਦੀ ਨਹੀਂ। ਕਤਰ ਨੇ ਕਿਆ ਇਨਫਰਾਸਟ੍ਰਕਚਰ ਖੜਾ ਕੀਤਾ, ਦੇਖਿਆ ਤੁਸੀਂ ਸੌਕਰ ਦੇ ਮੈਚਸ ਕਰਾਏ ਨੇ। Why Media Group, the fastest growing media group in North America.